ਪਹਿਲੇ ਆਵਰ ਦੇ ਪਹਿਲੇ ਸੈਗਮੈਂਟ ਦੌਰਾਨ ਆਪਣੇ ਨਾਲ ਨੋਮੈਡ ਵੰਜਾਰਾ.com ਨਾਮ ਦਾ ਇੱਕ ਡਿਜੀਟਲ ਪਲੈਟਫਾਰਮ ਹੈ ਉਤੋਂ ਰਾਜਪੰਡਾਲਜੀ ਤੇ ਸਨੀ ਖਰੋੜਜੀ ਸ਼ਾਮਿਲ ਹੋਣਗੇ ਰਿਮੈਂਬਰਸ ਦਿ ਹੈ ਕੱਲ ਇਨ੍ਹਾਂ ਵੱਲੋਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਆਕਸ਼ਨਸ ਲੱਗਦੀਆਂ ਨੇ ਉਹਨਾਂ ਆਕਸ਼ਨਸ ਦੇ ਵਿੱਚ ਜਾ ਕੇ ਜਿਹੜੇ ਸਿੱਖ ਫੌਜੀ ਨੇ ਉਹਨਾਂ ਨਾਲ ਰਿਲੇਟਿਡ ਆਰਟੀਫੈਕਟਸ ਇਕੱਠੇ ਕੀਤੇ ਗਏ ਨੇ ਸਿੱਖਾਂ ਦੀ ਬਹਾਦਰੀ ਦੀ ਕਹਾਣੀ ਸੁਣਾਉਂਦੀਆਂ ਕਿਤਾਬਾਂ ਦੁਰਲਭ ਕਿਤਾਬਾਂ ਇਹਨਾਂ ਨੇ ਇਕੱਠੀਆਂ ਕੀਤੀਆਂ ਨੇ ਉਹ ਸਾਰਾ ਕੁਝ ਇਹਨਾਂ ਨੇ ਆਪਣੇ ਡਿਜੀਟਲ ਪਲੈਟਫਾਰਮ ਤੇ ਜਿਹੜਾ ਹੈਗਾ ਕਨਸੋਲिडेट ਕਰਕੇ ਰੱਖਿਆ ਹੋਇਆ ਸੋ ਵੰਜਾਰਾ ਨੋਮੈਡ ਦੇ ਜਦੋਂ ਸਨੀ ਖਰੋੜ ਤੇ ਰਾਜਪੰਡਾਲ ਜੀ ਆਪਣੇ ਨਾਲ ਸ਼ਾਮਿਲ ਹੋਣਗੇ ਇਹ ਜਿਹੜਾ ਯੂਨਿਕ ਜਿਹਾ ਇਨੀਸ਼ੀਏਟਿਵ ਇਹਨਾਂ ਵੱਲੋਂ ਚਲਾਇਆ ਗਿਆ ਵਾ ਇਸ ਯੂਨਿਕ ਇਨੀਸ਼ੀਏਟਿਵ ਬਾਰੇ ਗੱਲਾਂ ਬਾਤਾਂ ਕਰਾਂਗੇ ਕੀ ਜ਼ਰੂਰਤ ਮਹਿਸੂਸ ਹੋਈ ਇਹਨਾਂ ਨੂੰ ਇਹ ਜਿਹੜਾ ਇਤਿਹਾਸ ਹੈ ਇਤਿਹਾਸ ਦੇ ਜਿਹੜੇ ਖਾਸ ਪੰਨੇ ਨੇ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਣ ਦਾ ਕਿਵੇਂ ਸੁਝਿਆ ਕਿਵੇਂ ਕੀਤਾ ਏ ਸਾਰਾ ਕੁਝ ਇੱਕ ਤਾਂ ਹੁੰਦਾ ਨਾ ਥਾਟ ਆਈ ਦਿਮਾਗ ਦੇ ਵਿੱਚ ਇੱਕ ਉਸ ਥਾਟ ਨੂੰ ਅਮਲੀ ਜਾਮਾ ਵੀ ਪਹਿਨਾਇਆ ਗਿਆ ਕਨੈਕਟ FM 91.5 ਤੁਸੀਂ ਸੁਣ ਰਹੇ ਹੋ ਜੀ ਸ਼ਾਮਿਲ ਹੈਗੇ ਹੋ ਦੁਪਹਿਰ ਵਾਲੇ ਸ਼ੋਅ ਦੇ ਵਿੱਚ ਜਸਪ੍ਰੀਤ ਸਿੱਧੂ ਦੇ ਨਾਲ ਜਿਵੇਂ ਤੁਹਾਨੂੰ ਦੱਸਿਆ ਸੀ ਬੰਜਾਰਾ ਨੋਮੈਡ.com ਇੱਕ ਇੱਕ ਡਿਜੀਟਲ ਪਲੈਟਫਾਰਮ ਹੈ ਜਿਹਦੇ ਵਿੱਚ ਸਿੱਖਾਂ ਦੀ ਹਿਸਟਰੀ ਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬੜੀਆਂ ਦੁਰਲਭ ਜੀਆਂ ਕਿਤਾਬਾਂ ਨੇ ਬੜੀਆਂ ਯੂਨੀਕ ਜੀਆਂ ਬੁੱਕਸ ਨੇ ਜਿਹੜੀਆਂ ਕਿ ਸਿੱਖਾਂ ਦੀ ਬਹਾਦਰੀ ਦੇ ਕਿੱਸੇ ਸੁਣਾਉਂਦੀਆਂ ਨੇ ਉਹ ਕਿਤਾਬਾਂ ਦੁਨੀਆ ਭਰ ਦੇ ਵਿੱਚੋਂ ਇਕੱਠੀਆਂ ਕਰਕੇ ਉਹਨਾਂ ਕਿਤਾਬਾਂ ਦੀ ਇੱਕ ਡਿਜੀਟਲ ਫਾਰਮ ਜਿਹੜੀ ਹੈਗੀ ਉਹ ਇਸ ਪਲੈਟਫਾਰਮ ਤੇ ਪਾਈ ਗਈ ਹੈ ਦੁਨੀਆ ਭਰ ਦੇ ਵਿੱਚ ਹੋਈਆਂ ਆਕਸ਼ਨਸ ਦੇ ਵਿੱਚ ਜਾ ਜਾ ਕੇ ਸਿੱਖ ਸੋਲਜਰਸ ਨਾਲ ਰਿਲੇਟਡ ਜਿਹੜੇ ਆਰਟੀਫੈਕਟਸ ਨੇ ਉਹ ਇਕੱਠੇ ਕੀਤੇ ਗਏ ਨੇ ਸੋ ਇਹ ਬੜਾ ਅਜੀਬ ਜਿਹਾ ਇੱਕ ਇੱਕ ਬੜਾ ਵਧੀਆ ਇਨੀਸ਼ੀਏਟਿਵ ਹੈ ਯੂਨਿਕ ਇਨੀਸ਼ੀਏਟਿਵ ਹੈ ਸੋ ਯੂਨਿਕ ਇਨੀਸ਼ੀਏਟਿਵ ਦੇ ਪਿੱਛੇ ਜਿਹੜੇ ਹੈਗੇ ਨੇ ਦੋ ਆ ਆ ਬਹੁਤ ਹੀ ਵਧੀਆ ਕੰਮ ਕਰ ਰਹੇ ਆਪਣੀ ਕਮਿਊਨਿਟੀ ਦਾ ਮਾਣ ਵਧਾ ਰਹੇ ਲੋਕ ਸਨੀ ਖਰੋੜ ਜੀ ਤੇ ਰਾਜ ਭੰਡਾਲ ਜੀ ਉਹ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਸਨੀ ਭਾਜੀ ਰਾਜ ਭਾਜੀ ਸਤਿ ਸ਼ਕਾਲ ਜੀ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਆਪਾਂ ਸਟਾਰਟ ਕਰਦੇ ਹਾਂ ਜੀ ਸਿੱਖਾਂ ਦੀ ਹਿਸਟਰੀ ਨੂੰ ਪ੍ਰੀਜ਼ਰਵ ਕੀਤਾ ਜਾਵੇ ਇਹ ਆਈਡੀਆ ਕਦੋਂ ਆਇਆ ਤੇ ਉਹਦੇ ਪਿੱਛੇ ਰੀਜ਼ਨ ਕੀ ਸੀ ਕਿਉਂ ਆਇਆ ਇਹ ਆਈਡੀਆ ਕੀ ਲੋੜ ਕੀ ਮਹਿਸੂਸ ਹੋਈ ਕਿ ਹਿਸਟਰੀ ਨੂੰ ਪ੍ਰੀਜ਼ਰਵ ਕਰਕੇ ਰੱਖਣ ਦੀ ਜ਼ਰੂਰਤ ਹੈ ਆਈਡੀਆ ਇਹਦਾ ਕੋਈ ਆਪਾਂ ਡੇਟ ਟਾਈਮ ਤਾਂ ਨਹੀਂ ਦੱਸ ਸਕਦੇ ਵੀ ਇਸ ਸਮੇਂ ਆਇਆ ਪਰ ਅੱਗੇ ਵੀ ਮੈਂ ਕਈ ਦਫਾ ਆਪਣੇ ਦੋਸਤਾਂ ਨਾਲ ਮਿੱਤਰਾਂ ਨਾਲ ਗੱਲ ਕਰਦੇ ਕਿਆ ਕਿ ਮੈਨੂੰ ਤਾਂ ਖਾਸ ਕਰ ਸ਼ੌਕ ਹੁੰਦਾ ਸੀ ਬੰਟੇ ਇਕੱਠੇ ਕਰਨ ਦਾ ਜਾਂ ਪਤੰਗਾਂ ਇਕੱਠੀਆਂ ਕਰਨ ਦਾ ਨਾ ਉਹ ਉਹ ਬਚਪਨ ਦੇ ਸ਼ੌਕ ਸੀਗੇ ਉਹ ਹਾਂਜੀ ਸੋ ਜਿੱਦਾਂ ਜਿੱਦਾਂ ਤੁਸੀਂ ਵੱਡੇ ਹੁੰਨੇ ਹੋ ਤੁਹਾਡੇ ਸ਼ੌਕ ਉਹ ਹੋਰ ਫਾਰਮ ਅਖਤਿਆਰ ਕਰ ਲੈਂਦੇ ਨੇ ਫਿਰ ਆਪਾਂ ਦੇਖਿਆ ਵੀ ਆਪਣੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀਗੀ ਉਹ ਗਵਾਚ ਗਈ ਆਪਣੇ ਕੋਲੋਂ ਯਾ ਚੋਰੀ ਹੋ ਗਈ ਕਹਿ ਲੋ ਜਾਂ ਜੜਾ ਦਿੱਤੀ ਗਈ 84 ਦੇ ਵਿੱਚ ਹੂੰ ਸੋ ਉਹਦੇ ਵਿੱਚ ਆਪਣਾ ਕਾਫੀ ਫਰਮਾਇਆ ਉਹ ਗੁੰਮ ਗਿਆ ਜਿਹੜਾ ਵਾਪਸ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਉਹ ਅ ਸੋ ਉਹ ਉਹ ਕਾਫੀ ਥਾਟ ਜਿਹੜਾ ਨਾ ਤੁਹਾਡੀ ਸਬਕੌਨਸ਼ੀਅਸ ਚ ਰਹਿੰਦੀ ਸੀਗੀ ਜਾਂ ਮੇਰੀ ਚ ਵੀ ਉੱਥੇ ਕੀ ਕੀ ਸੀਗਾ ਉਹ ਲਿਸਟ ਆ ਪਤਾ ਆਪਾਂ ਨੂੰ ਅ ਪਰ ਆਪਾਂ ਵੀ ਇਕੱਠਾ ਕਰੀਏ ਕੁਝ ਹੂੰ ਕਿ ਇਹ ਦੁਬਾਰਾ ਨਾ ਹੋਵੇ ਹੂੰ ਅ ਸੋ ਮੇਰੇ ਖਿਆਲ ਉਹ ਉਹਦੇ ਵਿੱਚੋਂ ਇਹ ਥਾਟ ਆਈ ਤੇ ਆਇਸਟਾ ਆਇਸਟਾ ਤੋਂ ਇੱਕ ਚੀਜ਼ ਦੂਜੀ ਚੀਜ਼ ਇਦਾਂ ਇੱਕ ਕਿਤਾਬ ਇੱਕ ਮੈਡਲ ਇਦਾਂ ਇਕੱਠੇ ਹੁੰਦੇ ਰਹੇ ਹੂੰ ਸੋ ਔਰ ਜਿਹੜਾ ਸੀ ਆਲਵੇਜ਼ ਸਨੇਹਾ ਦਿੰਨੇ ਹੋ ਇਹ ਹੁੰਦਾ ਕਿ ਜਿੱਦਾਂ ਅਸੀਂ ਇੰਨੇ ਦੂਰ ਬੈਠੇ ਕੋਈ ਚੀਜ਼ਾਂ ਇਕੱਠੀਆਂ ਕੀਤੀਆਂ ਨੇ ਜਿਹੜੇ ਖਿੱਤੇ ਚੋਂ ਅਸੀਂ ਆਏ ਹੋਏ ਆ ਔਰ ਇਹ ਚੀਜ਼ਾਂ ਕਾਫੀ ਉੱਥੋਂ ਵੀ ਆਈਆਂ ਹੋਈਆਂ ਨੇ ਹੂੰ ਸੋ ਅਸੀਂ ਆਪਣੇ ਜਿਹੜੇ ਭੈਣ ਭਰਾ ਦੇਸ਼ 'ਚ ਰਹਿੰਦੇ ਨੇ ਉਹਨਾਂ ਨੂੰ ਕਵਾਂਗੇ ਵੀ ਤੁਸੀਂ ਵੀ ਇਹ ਚੀਜ਼ਾਂ ਸੰਭੋ ਤੁਸੀਂ ਆਪਣੇ ਸੰਦੂਕ ਫਰੋਲੋ ਹੂੰ ਪਰਛਤੀਆਂ ਚ ਦੇਖੋ ਉੱਥੇ ਜ਼ਰੂਰ ਕੋਈ ਨਾ ਕੋਈ ਚੀਜ਼ ਪਈ ਹੋਣੀ ਆ ਜਿਹੜੀ ਤੁਹਾਡੇ ਬਜ਼ੁਰਗਾਂ ਦੀ ਆ ਬਿਲਕੁਲ ਹਿਸਟਰੀ ਨਾਲ ਰਿਲੇਟਡ ਬਹੁਤ ਕੁਝ ਹੁੰਦਾ ਜੀ ਆਪਣੇ ਘਰਾਂ ਦੇ ਵਿੱਚ ਜੀ ਪਰ ਹੋ ਸਕਦਾ ਹੱਲੇ ਤੁਹਾਨੂੰ ਉਹ ਲੱਗੇ ਨਾ ਵੀ ਇੰਪੋਰਟੈਂਟ ਆ ਉਹ ਹਮ ਪਰ ਜਦੋਂ ਸਾਡੇ ਉਹ ਬਜ਼ੁਰਗਾਂ ਨੇ ਚਲੇ ਜਾਣਾ ਫਿਰ ਆਪਾਂ ਨੂੰ ਉਹਦੀ ਅਮਿੱਦ ਦਾ ਪਤਾ ਲੱਗੇਗਾ ਐਬਸੋਲੂਟਲੀ ਸੋ ਹਰੇਕ ਘਰ ਚ ਹਰੇਕ ਪਿੰਡ ਚ ਕਹਿ ਲਓ ਜਾਂ ਮੁਹੱਲੇ ਚ ਜਾਂ ਹਰੇਕ ਇਨਸਾਨ ਦੇ ਕੋਲ ਸਿੱਖ ਦੇ ਕੋਲ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਆ ਕਿਉਂਕਿ ਉਹ ਘਰ ਦੀ ਰੂਹ ਵੀ ਹੁੰਦੀ ਆ ਉਹ ਹੂੰ ਸੋ ਇਸ ਤਰ੍ਹਾਂ ਖਿਆਲ ਆਇਆ ਹੂੰ ਔਰ ਇਹ ਦੇ ਮੇਰੇ ਖਲ ਹੋਲੀ ਹੋੜੀ ਇਹਨੂੰ ਡੂੰਗਾ ਕਹਿ ਲੋ ਜਾਂ ਨਿੱਖੜਦਾ ਜਾ ਰਿਹਾ ਮੈਨੂੰ ਲੱਗ ਰਿਹਾ ਇਹ ਪਰਵਾਹੀ ਗੁਰੂ ਦੀ ਮੇਰ ਨਾਲ ਜਿਹੜੇ ਆਰਟੀਫੈਕਟਸ ਦੀ ਕਲੈਕਸ਼ਨ ਹੈ ਜੀ ਮੈਂ ਉਹਨਾਂ ਬਾਰੇ ਜਾਣਨਾ ਚਾਹੁੰਦੀ ਆ ਕੀ ਆਰਟੀਫੈਕਟਸ ਨੇ ਆਪਣੇ ਕੋਲੇ ਕਲੈਕਸ਼ਨ ਦੇ ਵਿੱਚ ਕੀ ਕੁਝ ਪਿਆ ਆ ਜੀ ਕਲੈਕਸ਼ਨ ਦੇ ਕੋਲ ਆਪਣੇ ਪਾਸੇ ਤੁਸੀਂ ਥੋੜੇ ਨੇੜੇ ਹੋ ਜਾ ਜੀ ਮਾਈਕੀ ਹਾਂਜੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਕੁਝ ਪੁਰਾਣੀਆਂ ਪੋਥੀਆਂ ਨੇ ਕਾਫੀ ਕਿਤਾਬਾਂ ਨੇ ਪੁਰਾਣੀਆਂ ਉਹ ਉਹਨਾਂ ਦਾ ਜਿਹੜੀ ਸ਼ੁਰੂਆਤ ਹੈ ਉਹ 1676 ਤੋਂ ਹੁੰਦੀ ਹੈ 1676 ਦੀਆਂ ਕਿਤਾਬਾਂ ਤੇ ਫਿਰ ਕਾਫੀ 1800 ਦੀਆਂ ਨੇ ਕਾਫੀ अर्ਲੀ 1900 ਦੀਆਂ ਨੇ 1900 ਦੀਆਂ ਤੇ ਥੋੜੀਆਂ ਹੁਣ ਆਪਣੇ ਕੋਲ ਜਿਹੜੀਆਂ ਆਪਾਂ ਮਾਡਰਨ ਕਿਤਾਬਾਂ ਕਹਿ ਲਓ ਉਹ ਵੀ ਹੈਗੀਆਂ ਨੇ ਜਿਹੜੇ ਅ ਕਰੰਟ ਅਫੇਅਰਸ ਤੇ ਕਿਤਾਬਾਂ ਲਿਖੀਆਂ ਜਾਂ ਰਹੀਆਂ ਨੇ ਸੋ ਇਹ ਤਾਂ ਕਿਤਾਬਾਂ ਦੀ ਗੱਲ ਹੋ ਗਈ ਫਿਰ ਆਪਣੇ ਕੋ ਮੈਡਲ ਨੇ ਅ ਜਿਹੜੇ ਸੈਕੰਡ ਮੈਂ ਮੈਡਲ ਦੇ ਬਾਅਦ ਚ ਆਉਣੀ ਹੈ ਮੈਂ ਪਹਿਲਾਂ ਕਿਤਾਬਾਂ ਨੂੰ ਲੈ ਕੇ ਕਿਊਰੀਅਸ ਆ ਇਹ ਕਿੱਥੋਂ ਕਿੱਥੋਂ ਇਕੱਠੀਆਂ ਕੀਤੀਆਂ ਗਈਆਂ ਕਿਤਾਬਾਂ ਲਈ ਕਈ ਤਾਂ ਤੁਸੀਂ ਜੇ ਆਕਸ਼ਨ ਹਾਊਸਸ ਦੇਖਦੇ ਹੋ ਨਾ ਉੱਥੇ ਵਕਤ ਬੇਵਕਤ ਨਹੀਂ ਕਹਿ ਸਕਦੇ ਟਾਈਮ ਟੂ ਟਾਈਮ ਕਹਿ ਸਕਦੇ ਆ ਕਿ ਉੱਥੇ ਆਪਸ਼ਨ ਹੁੰਦੀਆਂ ਨੇ ਸੋ ਤੁਹਾਨੂੰ ਨਿਗਰ ਰੱਖਣੀ ਪੈਂਦੀ ਆ ਹੂੰ ਸੋ ਇਹ ਇਦਾਂ ਹੀ ਕਈ ਦੁਕਾਨਾਂ ਨੇ ਜਿੱਥੇ ਪੁਰਾਣਾ ਸਮਾਨ ਮਿਲਦਾ ਹੈ ਪੁਰਾਣੀਆਂ ਕਿਤਾਬਾਂ ਮਿਲਦੀਆਂ ਨੇ ਜਿੱਦਾਂ ਵੈਂਕੂਵਰ 'ਚ ਮੇਰੇ ਖਿਆਲ ਪੰਜ ਦੁਕਾਨਾਂ ਨੇ ਜਿੱਥੇ ਪੁਰਾਣੀਆਂ ਕਿਤਾਬਾਂ ਮਿਲਦੀਆਂ ਨੇ ਔਰ ਕਦੇ ਨਾ ਕਦੇ ਆਪਣੀ ਕਿਤਾਬ ਉੱਥੇ ਆ ਜਾਂਦੀ ਹੈ ਹੂੰ ਸੋ ਜਿੱਦਾਂ ਇੱਕ ਮੈਂ ਵਾਕਿਆ ਸ਼ੇਅਰ ਕਰ ਦਿੰਨਾ ਕਿ ਇੱਕ ਵਾਰੀ ਇਹਨੂੰ ਮੈਂ ਬਰੀਫਲੀ ਇਹ ਦੱਸੂਗਾ ਤੁਹਾਨੂੰ ਉਸ ਦੁਕਾਨ ਤੇ ਜਦੋਂ ਮੈਂ ਗਿਆ ਤੇ ਉੱਥੋਂ ਡਾਕਟਰ ਗੋਪਾਲ ਸਿੰਘ ਹਣਾ ਵੱਲੋਂ ਅ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਹਿਲੀ ਟ੍ਰਾਂਸਲੇਸ਼ਨ ਸੀਗੀ ਉਹ ਪਈ ਹੋਈ ਸੀਗੀ ਔਰ ਜਿੰਨਾਂ ਕੋ ਪਈ ਸੀਗੀ ਉਹਨਾਂ ਨੂੰ ਪਤਾ ਨਹੀਂ ਸੀ ਇਹ ਕੀ ਆ ਨਾ ਹੀ ਉਹਨਾਂ ਨੂੰ ਕੋਈ ਉਹਦੇ ਤੇ ਕੋਈ ਲੱਗਾ ਹੋਇਆ ਸੀ ਵੀ ਸਾਨੂੰ ਇਹਦੀ ਇੰਨਾ ਮੋਲੀਆ ਸੇਵਾ ਚਾਹੀਦੀ ਆ ਸੋ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਉਹ ਵੀ ਹੈਰਾਨ ਸੀ ਮੈਂ ਵੀ ਹੈਰਾਨ ਸੀਗਾ ਤੇ ਉਹ ਜਿਹੜੀ ਪਹਿਲੀ ਪੋਥੀ ਕਹਿ ਲਓ ਉਹਨੂੰ ਉਹ ਡਾਕਟਰ ਕੁਲਦੀਪ ਗਿੱਲ ਜਿਹੜੇ ਮਿਸ਼ਨ ਤੋਂ ਸੀਗੇ ਸ਼ੀ ਵਾਸ ਅ ਸੋਸ਼ਲ ਐਨਥਰੋਪੋਲੋਜਿਸਟ ਅੱਛਾ ਜੀ 1929 ਜਿੱਥੇ ਆਈ ਸੀ ਕਿਉਂਕਿ ਉਹਨਾਂ ਦਾ ਸਟicker ਲੱਗਾ ਹੋਇਆ ਸੀ ਨਾਮ ਦਾ ਉਹਦੇ ਉੱਪਰ ਸੋ ਹਾਂ ਉਹ ਕਿਸੇ ਕਾਰਨ ਕਰਕੇ ਉੱਥੇ ਪਈ ਸੀਗੀ ਸੋ ਜਦੋਂ ਮੈਂ ਲਿਆਂਦੀ ਤੇ ਮੇਰੇ ਲਈ ਡਾਕਟਰ ਕੁਲਦੀਪ ਗੈਲ ਉਹ ਬੜੀ ਅਹਿਮ ਜਿਹਦਾ ਸ਼ਖਸੀਅਤ ਹੋ ਗਿਆ ਨੇ ਹੁਣ ਹੂੰ ਸੋ ਇਸ ਤਰ੍ਹਾਂ ਤੁਹਾਨੂੰ ਪਤਾ ਨਹੀਂ ਤੁਸੀਂ ਕਿੱਥੋਂ ਤੁਹਾਨੂੰ ਕੀ ਮਿਲ ਜਾਣਾ ਆ ਜਿੱਦਾਂ ਏਦਾਂ ਹੀ ਆਪਾਂ ਇਨਸਾਨ ਆ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਕਿਸੇ ਕੋਲ ਜਦੋਂ ਆਪਾਂ ਬਹਿ ਕੇ ਗੱਲ ਕਰਦੇ ਆ ਆਪਾਂ ਉਹ ਤੋਂ ਕੀ ਸਿੱਖ ਲੈਣਾ ਹਾਂਜੀ ਹੂੰ ਮੈਡਲਸ ਦੀ ਗੱਲ ਕਰ ਰਹੇ ਸੀ ਤੁਸੀਂ ਹਾਂਜੀ ਮੈਡਲਸ ਅਗੇਨ ਮੈਡਲ ਦੇ ਨ ਇੱਕ ਵੱਖਰੀਆਂ ਵੈਬਸਾਈਟ ਨੇ ਹੂੰ ਹੂੰ ਉਹ ਜਿਹੜੇ ਲੋਕੀ ਸਿਰਫ ਮੈਡਲ ਹੀ ਵੇਚਦੇ ਨੇ ਔਰ ਕਈ ਆਕਸ਼ਨ ਹਾਊਸ ਨੇ ਉੱਥੇ ਤਾਂ ਫੇ ਸਾਰਾ ਕੁਝ ਹੀ ਵਿਕਦਾ ਆ ਪਰ ਇਹ ਜਿੱਦਾਂ ਆਪਾਂ ਕਹਿੰਦੇ ਨਾ ਵੀ ਜਿੱਦਾਂ ਦੀ ਸੁਰਤ ਹੋ ਜਾਂਦਾ ਉਦਾਂ ਦਾ ਰਾਹ ਹੋ ਜਾਂਦਾ ਸੋ ਇਹ ਇਦਾਂ ਹੋ ਜਾਂਦਾ ਵੀ ਆਪ ਮੁਹਾਰੇ ਤੋਂ ਚੀਜ਼ਾਂ ਲੱਭਣ ਲੱਪੈਂਦੀਆਂ ਨੇ ਹੂੰ ਤੇ ਮੈਂ ਹਮੇਸ਼ਾ ਇਹ ਸੋਚਦਾ ਹੁੰਨਾ ਵੀ ਤੁਸੀਂ ਆਈਡੀਆ ਨਹੀਂ ਫੜਦੇ ਹੈਗੇ ਆਈਡੀਆ ਤੁਹਾਨੂੰ ਫੜਦਾ ਹੈ ਨਾ ਸੋ ਇਹ ਮੇਰਾ ਯਕੀਨ ਹੈ ਇਹ ਜਿੱਦਾਂ ਤੇ ਫਿਰ ਜਿੱਦਾਂ ਹੁਣ ਮੈਨੂੰ ਕੋਈ ਆਈਡੀਆ ਫੜ ਲਵੇ ਮੈਂ ਤਾਂ ਜੀ ਉਹਦੀ ਮੌਜ ਲਵਾ ਦਿੰਦਾ ਫਿਰ ਆਈਡੀਆ ਦੀ ਸੋ ਇਸ ਤਰ੍ਹਾਂ ਮੈਡਲ ਇਕੱਠੇ ਹੋਏ ਹੋਏ ਨੇ ਹੋਰ ਕੀ ਆਰਟੀਫੈਕਟਸ ਹੈ ਜੀ ਆਪਣੇ ਕੋਲ ਆਪਣੇ ਕੋ ਜਿਹੜੇ ਪੁਰਾਣੀ ਯੂਨੀਫਾਰਮ ਹੁੰਦੀਆਂ ਸੀ ਉਹਨਾਂ ਤੇ ਬਟਨ ਲੱਗਦੇ ਹੁੰਦੇ ਸੀਗੇ ਉਹ 15 ਰੈਜਿਮੈਂਟ ਆਪਣੇ ਸੈਕੰਡ ਪੰਜਾਬ ਰੈਜਿਮੈਂਟ ਇਹਦਾ ਵੱਖਰੀ ਵੱਖਰੀ ਰੈਜਿਮੈਂਟਸ ਦੇ ਨੇ ਕੁਝ ਕਿਰਪਾਨਾਂ ਨੇ ਆਪਣੇ ਕੋਲ ਪੁਰਾਣੀਆਂ ਉਸ ਤੋਂ ਬਾਅਦ ਮੈਪਸ ਨੇ ਅੱਛਾ ਜੀ ਪੁਰਾਣੇ ਪੋਸਟਕਾਰਡਸ ਨੇ ਪੁਰਾਣੀਆਂ ਲਿਥੋਗ੍ਰਾਫਸ ਨੇ ਪੇਂਟਿੰਗਸ ਨੇ ਇੱਕ ਜਿੱਦਾਂ ਆਪਾਂ ਕਨਈਆ ਜੀ ਦੀ ਗੱਲ ਕਰਦੇ ਆ ਕਿ ਉਹਨਾਂ ਦੀ ਹਾਂਜੀ ਮਸ਼ਕ ਹੁੰਦੀ ਸੀ ਤੋਂ ਮੈਂ ਸੋਚਿਆ ਵੀ ਉਹਦੇ ਬਾਰੇ ਵੀ ਪਤਾ ਕੀਤਾ ਜਾਵੇ ਸੋ ਮੇਰੇ ਕੋਲ ਹੁਣੇ ਸੀ ਇਕੱਠੇ ਕੀਤੇ ਨੇ ਉਹ ਬੇਜਤੀ ਹੁੰਦੇ ਸੀ ਜਿਹੜੇ ਪਾਣੀ ਵੰਡਦੇ ਹੁੰਦੇ ਸੀ ਪੀ ਨਾਲਾ ਜਾਂ ਛਿੜਕਦੇ ਹੁੰਦੇ ਸੀਗੇ ਤੋ ਉਹ ਉਹਦੇ ਮੈਂ ਥੋੜੇ ਪੋਸਟਕਾਰ ਇਕੱਠੇ ਕੀਤੇ ਹੋਏ ਨੇ ਹੂੰ ਸੋ ਉਹਦੇ ਬਾਰੇ ਆਪਾਂ ਇੱਕ ਪ੍ਰੋਪਰ ਆਰਟੀਕਲ ਜਿਹਾ ਬਣਾ ਕੇ ਨਾ ਫਿਰ ਮੈਂ ਤੁਹਾਨੂੰ ਭੇਜੂਗਾ ਤੇ ਤੁਸੀਂ ਉਹ ਪੜਿਓ ਫਿਰ ਬਿਲਕੁਲ ਦੱਸੋ ਕਿਉਂਕਿ ਉਹ ਬੇਸ਼ਤੀਆਂ ਦੇ ਵਿੱਚ ਵਾਇਗਰ ਉਹ ਆਪਾਂ ਕਹਿ ਸਕਦੇ ਵ ਇੱਕ ਨੀਵੀਂ ਜਮਾਤ ਦੇ ਸੀਗੇ ਪਰ ਭਾਈ ਕਨਈਆ ਜੀ ਉੱਥੇ ਕੋਈ ਜਿਆਦਾ ਉਹ ਹੈ ਨਹੀਂਗਾ ਸੋ ਉਹ ਉਹੀ ਕੰਮ ਕਰ ਰਹੇ ਸੀ ਜਿਹੜੀ ਸ਼ਾਇਦ ਦੂਸਰੇ ਅ ਥਾਰਟ ਯਾ ਡੋਮੇਨ ਚ ਉਹਨੂੰ ਨੀਵਾ ਸਮਝਿਆ ਜਾਂਦਾ ਹੋਵੇ ਸੋ ਮੇਰੇ ਲਈ ਉਹ ਬੜੀ ਇੰਟਰਸਟਿੰਗ ਜੀ ਗੱਲ ਸੀਗੀ ਸੋ ਇਸ ਕਰਕੇ ਮੈਂ ਉਹ ਇਕੱਠੇ ਕੀਤੇ ਫਿਰ ਹੂੰ ਫਰਸਟ ਵਰਲਡ ਵਾਰ ਜਦੋਂ ਹੋਈ ਆਪਾਂ ਨੂੰ ਪਤਾ ਹੈ ਸਿੱਖ ਸੋਲਜਰਸ ਨੇ ਉਸ ਵਰਲਡ ਵਾਰ ਦੇ ਵਿੱਚ ਹਿੱਸਾ ਲਿਆ ਇਹ ਵੀ ਆਪਾਂ ਨੂੰ ਪਤਾ ਹੈ ਉਹ ਜਿਹੜੇ ਸਿੱਖ ਸੀਗੇ ਉਹ ਕੱਲੇ ਇੰਡੀਆ ਤੋਂ ਨਹੀਂ ਗਏ ਕੈਨੇਡਾ ਕੰਨੀਓ ਵੀ ਸਿੱਖ ਸੋਲਜਰਸ ਗਏ ਸੀਗੇ ਉਹਨਾਂ ਬਾਰੇ ਜਾਣਕਾਰੀ ਦਿਓ ਸਾਨੂੰ ਹਾਂਜੀ ਕੈਨੇਡਾ ਤੋਂ ਵੀ ਲਿਸਟ ਹੋਏ ਸੀਗੇ ਸਿੱਖ ਸੋਲਜਰ ਜਿਹੜੇ ਹੈਗੇ ਆ ਤੋ ਉਹਨਾਂ ਦੀ ਰਿਸਰਚ ਕਰਕੇ ਪਤਾ ਲੱਗਾ ਵੀ 10 ਇਹੋ ਜਿਹੇ ਸੀਗੇ ਜਿਹੜੇ انرੋਲ ਹੋਏ ਕੈਨੇਡੀਅਨ ਫੋਰਸਸ ਦੇ ਵਿੱਚ ਅੱਛਾ ਜੀ ਤੇ ਉਹ ਇੱਥੋਂ ਗਏ ਕੈਨੇਡੀਅਨ ਬਟਾਲੀయన్స్ ਦੇ ਵਿੱਚ ਜਾ ਕੇ ਉਹ ਫਰਾਂਸ ਦੇ ਵਿੱਚ ਲੜੇ ਉਹਨਾਂ ਦੇ ਨਾਲ ਫਰੈਂਚਸ ਦੇ ਵਿੱਚ ਤੇ ਲਖਮੀ ਵੀ ਹੋਏ ਤੇ ਉਹ ਸ਼ਹੀਦ ਵੀ ਹੋਏ ਕੁਝ ਸੋਲਜਰ ਜਿਹੜੇ ਆ ਤੇ ਮੈਂ ਉਹਨਾਂ ਦੇ ਨਾਂ ਦੇਣਾ ਚਾਹੂੰਗਾ ਇਫ ਇਟਸ ਓਕੇ ਤੇ ਇਹ ਜਿਹੜੇ 10 ਸੀਗੇ ਸੀਗੇ ਬਾਬੂ ਸਿੰਘ ਕੁਜੀਤ ਸਿੰਘ ਬੱਕਮ ਸਿੰਘ ਹਰੀ ਸਿੰਘ ਹਰਨਾਮ ਸਿੰਘ ਜੌਨ ਸਿੰਘ ਲਛਮਣ ਸਿੰਘ ਰਾਮ ਸਿੰਘ ਸੇਵਾ ਸਿੰਘ ਤੇ ਬਰਿਆਮ ਸਿੰਘ ਹਮ ਸੋ ਇਹ ਜਿਹੜੇ ਸੋਲਜਰ ਸਿਗੇ ਇਹ ਉਸ ਵੇਲੇ ਸਾਨੂੰ ਕੋਈ ਨਿਆ ਸਿੱਖਾਂ ਨੂੰ ਕੋਈ ਰਾਈਟਸ ਨਹੀਂ ਸੀ ਇੱਥੇ ਹਮ ਤੇ ਉਹਨਾਂ ਨੂੰ ਕੋਈ ਨਾ ਤਾਂ voting rights ਸੀਗਾ ਨਾ ਉਹਦਾ ਕੋਈ citizen rights ਸੀਗੇ ਦੇ ਵਰ ਨਾਟ ਸਿਟੀਜ਼ਨਸ ਆਫ ਕੈਨੇਡਾ ਠੀਕ ਹੈ ਪਰ ਉਹ ਫਿਰ ਵੀ ਅਨਲਿਸਟ ਹੋਏ ਫਿਰ ਵੀ ਉਹ ਲੜੇ ਹਮ ਐਂਡ ਇਹਦਾ ਜੇ ਕੋਈ ਤੱਤ if you want to say be like, the what would be the reason we kosias mulk da they the da loon khada you know the o de li wafadari jehdi hai canada li ta he gaye pehle lade us vele par gaye da waise six soldiers da gaye sige hor bhi jehde soldiers hege a we know the indian indian army indian british army to bhi gaye sige but unna diyan stories ho reya acha ji ਤੇ ਆ ਉਹ ਆ ਸਾਡੇ ਕੋਲ ਜਿਹੜੇ ਦਸਤਾਵੇਜ਼ ਜਾਨੀ ਬੁੱਕਸ ਹੈ ਜਿੰਦਾ ਪਹਿਲਾ 컬렉ਸ਼ਨ ਦੀ ਗੱਲ ਹੋਈ ਸੀਗੀ ਸੋ ਆ ਇਫ ਆਈ ਮੇ ਉਹਦੇ ਵਿੱਚ ਜਿਹੜੇ ਆਰਮੀ ਡਿਸਟ੍ਰਿਕਟ ਸੋਲਜਰਸ ਗਏ ਸੀ ਉਹਦੇ ਵਿੱਚ ਇੱਕ ਨਾ ਬੜੀ ਅਹਿਮ ਹੈ ਜਲੰਧਰ ਬ੍ਰਿਗੇਡ ਜਿਹੜੀ ਕਿ ਉਥੋਂ ਲਾਹੌਰ ਡਿਵੀਜ਼ਨ ਦੀ ਸੀਗੀ ਅੱਛਾ ਉਹਦਾ ਨਾਮ ਜਲੰਧਰ ਬ੍ਰਿਗੇਡ ਸੀਗਾ ਕਿਉਂਕਿ ਜਲੰਧਰ ਹੀ ਸਟੇਸ਼ਨ ਸੀਗੀ ਉਸ ਵੇਲੇ ਤੇ ਉਹਦੇ ਵਿੱਚ ਇੱਕ ਸਾਡੇ ਕੋਲ ਜਿਹੜੀ ਕਲੈਕਸ਼ਨ ਦੇ ਵਿੱਚ ਬੁੱਕ ਹੈ ਉਹ ਹੈਗੀ 476 ਅੱਛਾ ਜੀ ਉਹ ਐਕਚੁਅਲੀ ਪਬਲਿਸ਼ਡ ਬੁੱਕ ਨਹੀਂ ਹੈ ਉਹ ਵਾਰ ਰੈਕੋਰਡਸ ਨੇ 476 ਤੇ ਤੇ ਜਿਹੜੀ ਜਲੰਧਰ ਬ੍ਰਿਗੇਡ ਸੀ ਉਹਦੇ ਵਿੱਚ ਬਟਾਲੀਅਨ ਸੀਗੀਆਂ 476 15 ਲੁਧਿਆਣਾ 6 ਉਹਦੇ ਬਾਅਦ 59 ਸਿੰਧ ਰਾਈਫਲ ਤੇ ਫਰਸਟ ਮੈਂਚੈਸਟਰ ਫਰਸਟ ਮੈਂਚੈਸਟਰ ਨੂੰ ਛੱਡ ਕੇ ਵਾਕੀ ਜਿਹੜੀ ਹੈ ਸੀਗੀਆਂ ਉਹ ਸਾਰੇ ਸਿੱਖ ਰੈਜiment ਸੀ ਸੀਗੇ 6 ਸੋਲਜਰ ਸੀਗੇ ਸੋ ਜਦੋਂ 4 ਅਗਸਤ ਨੂੰ ਜਦੋਂ ਡਿਕਲੇਅਰ ਹੋਈ ਹੈ 4th ਅਗਸਤ 1914 ਨੂੰ ਫਸਟ ਵਰਲਡ ਵਾਰ ਆਰਡਰਸ ਰਾਈਟ ਅਵੇ ਜੀ ਆ ਗਏ ਸੀਗੇ ਅੱਛਾ ਜੀ ਬਈ ਦੇ ਹੈਵ ਟੂ ਬੀ ਡਿਪਲੋਇਡ ਸੋ ਇਨਾਂ ਨੇ ਡਿਫਰੈਂਟ ਸ਼ਿਪਸ ਦੇ ਵਿੱਚ ਪੈਕੇ ਜਲੰਧਰ ਬ੍ਰਿਗੇਡ ਸੂਏਜ਼ ਦੇ ਥਰੂ ਜਾ ਕੇ ਤਾਂ ਦੇ ਵੈਂਟ ਟੂ ਫਲੈਂਡਰਸ ਦੇ ਐਕਚੁਅਲੀ ਲੈਂਡਡ ਇਨ ਮਾਰਸੈਲਸ ਅੱਛਾ ਉੱਥੇ ਫਲੈਂਡਰਸ ਪਹੁੰਚੇ ਹਾਂਜੀ ਉੱਥੇ ਪਹੁੰਚ ਗਏ ਸਤੰਬਰ ਦੇ ਵਿੱਚ ਲੈਂਡ ਹੋਏ ਉੱਥੇ ਹਲੇਕ ਮਹੀਨਾ ਵੀ ਨਹੀਂ ਹੋਇਆ ਦੇ ਵਰ ਐਕਚੁਅਲੀ ਆਲਰੇਡੀ ਇਨ ਟ੍ਰੈਂਚਸ ਦੇਰ ਆਰ ਫਾਈਟਿੰਗ ਤੇ ਡਿਫਰੈਂਟ ਟੇਰੇਨ ਡਿਫਰੈਂਟ ਵੈਦਰ ਸਾਰਾ ਕੁਝ ਡਿਫਰੈਂਟ ਹੈਗਾ ਨਾਲੋਂ ਨਾਲ ਹੀ ਉਹਨਾਂ ਨੂੰ ਐਡਜਸਟਮੈਂਟ ਕਰਕੇ ਤੇ ਜਾਂਦੇ ਇਹਨਾਂ ਨੇ ਆਪਣੇ ਜਿਹੜੇ ਜੋਹਰ ਦਿਖਾਣੇ ਸ਼ੁਰੂ ਕਰ ਦਿੱਤੇ ਤੇ ਇਹਨਾਂ ਦੇ ਵਿੱਚੋਂ ਹੀ ਆਪਣੇ ਕੋਲ 476 ਜਿਹੜੇ ਸੀਗੇ ਉਹ ਤਾਂ ਲੜਾਈ ਨਾਵੀਸ਼ਪੈਲ ਦੇ ਵਿੱਚ ਰਾਈਟ ਅਵੇ ਇਹਨਾਂ ਨੇ ਆਪਣੀ ਬਹਾਦਰੀ ਦਿਖਾਈ ਤੇ ਦੇ ਇਹਨਾਂ ਨੇ ਇਹਨਾਂ ਨੂੰ ਆਰਡਰ ਆਫ ਮੈਰਿਟਸ ਵੀ ਆ ਦਿੱਤੇ ਗਿਆ ਬਿਕਾਜ਼ ਕੈਜੁਐਲਟੀਆਂ ਵੀ ਬਹੁਤ ਹੋਈਆਂ ਕਾਫੀ ਜ਼ਿਆਦਾ ਕਿ ਹੈਂਡ ਟੂ ਹੈਂਡ ਕੰਬੈਟ ਸੀਗਾ ਇਹਨਾਂ ਨੂੰ ਕੀ ਸੀਗਾ ਵੀ ਆਰਡਰ ਸੀ ਸੀਗਾ ਵੀ 3 ਵੀਕ ਲਈ ਕਿਸੇ ਤਰ੍ਹਾਂ ਨਾ ਜਰਮਨਸ ਨੂੰ ਇੱਥੇ ਐਸੀ ਲਾਈਨ ਤੇ ਰੋਕਿਆ ਜਾਵੇ ਤਾਂ ਕਿ ਰੀਗਰੂਪ ਕਰ ਸਕਣ ਠੀਕ ਹੈ ਤਾਂ ਕਿ ਬ੍ਰਿਟਿਸ਼ ਆਰਮੀ ਰੀਗਰੂਪ ਹੋ ਕੇ ਦੁਬਾਰਾ ਜਿਹੜੀ ਹੈ ਉਹ ਫਾਈਟ ਦੇ ਵਿੱਚ ਆ ਸਕਣ ਉਹਨਾਂ ਦੀ ਲੋਜਿਸਟਿਕਲੀ ਹੋ ਉਹ ਕੰਮ ਜਿਹੜਾ ਸਿੱਖਾਂ ਨੇ ਕੀਤਾ ਰੋਕਣ ਦਾ ਤੇ ਉਹਦੇ ਵਿੱਚ ਹੀ ਆਪਣੇ ਕੋਲ ਇੱਕ ਮੈਡਲ ਜਿਹੜਾ ਆ ਉਹਦਾ ਜੋ ਇੱਕ ਸਿੱਖ ਸੀਗੇ ਸੁਪਾਈ ਤਰਲੋਕ ਸਿੰਘ ਅੱਛਾ ਜੀ ਜਿਹੜੇ ਕਿ ਉੱਥੇ ਸ਼ਹੀਦ ਹੋਏ ਹੂੰ ਉਹਨਾਂ ਦਾ ਮੈਡਲ ਆ ਉਹ ਨੈਵ ਸ਼ਪੈਲ ਦੀ ਹੀ ਬੈਟਲ ਦੇ ਵਿੱਚ ਸ਼ਹੀਦ ਹੋਏ ਸੀਗੇ ਉੱਥੇ ਤੇ ਉਹਨਾਂ ਦਾ ਨਾਂ ਜਿਹੜਾ ਆ ਨੈਵ ਸ਼ਪ ਨੈਵ ਸ਼ਪੈਲ ਦੇ ਵਿੱਚ ਵਾਰ ਮੈਮੋਰੀਅਲ ਹੈ ਉੱਥੇ ਪੈਨਲ 25 ਤੇ ਉਹਨਾਂ ਦਾ ਨਾਂ ਦਰਜ ਆ ਹੂੰ ਤੇ ਉਹ ਇਟਸ ਉਹ ਬੜਾ ਹੀ ਇੰਪੋਰਟੈਂਟ ਬੜਾ ਇੰਪੋਰਟੈਂਟ ਮੈਡਲ ਆ ਸਾਡੇ ਵਾਸਤੇ ਸਾਡੀ ਕਲੈਕਸ਼ਨ ਵਾਸਤੇ ਯਾ ਜਿਸ ਲੈਵਲ ਦੀਆਂ ਕੁਰਬਾਨੀਆਂ ਦਿੱਤੀਆਂ ਨੇ ਉਸ ਲੈਵਲ ਦੀ ਰੈਕਗਨਿਸ਼ਨ ਮਿਲੀ ਹਾਂਜੀ ਉਸ ਲੈਵਲ ਦੀ ਨਹੀਂ ਮਿਲੀ ਔਰ ਦੇਖੋ ਆਪਾਂ ਨੂੰ ਆਲਮੋਸਟ 100 ਸਾਲ ਤੋਂ ਵੱਧ ਹੋ ਗਏ ਨੇ ਇਹ ਆਪਾਂ ਨੂੰ ਉਹਨਾਂ ਨੂੰ ਯਾਦ ਕਰਵਾਉਣਾ ਪੈ ਰਿਹਾ ਕਿ ਸਾਡੇ ਬਜ਼ੁਰਗ ਉੱਥੇ ਸ਼ਹੀਦ ਹੋਏ ਨੇ ਹੂੰ ਸੋ ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਕਿ ਜਿਹੜਾ ਇਹ ਆਪਾਂ ਦਿਨ ਮਨਾਉਂਦੇ ਆ ਨਾ ਇਹ ਕੋਈ ਵਾਰ ਨੂੰ ਗਲੋਰੀਫਾਈ ਕਰਨ ਲਈ ਨਹੀਂ ਹੈਗਾ ਇਹ ਆਪਾਂ ਇਸ ਲਈ ਮਨਾਉਂਦੇ ਆ ਕਿਉਂਕਿ ਆਪਾਂ ਨੂੰ ਯਾਦ ਰਵੇ ਕਿ ਉੱਥੇ ਹੋਇਆ ਕੀ ਹੂੰ ਸੋ ਮੇਰੀ ਸੋਚ ਮੁਤਾਬਕ ਇਹ ਮੇਰਾ ਅਜ਼ਾਦੀ ਖਿਆਲ ਆ ਕਿ ਦੋ ਜਿਹੜੀਆਂ ਯੂਰੋਪੀਅਨ ਦੀਆਂ ਵੱਡੀਆਂ ਸੋਚਾਂ ਸੀਗੀਆਂ ਉਹਨਾਂ ਵਿਚਾਲੇ ਜੰਗ ਹੋਈ ਔਰ ਉਹਨਾਂ ਨੇ ਸਾਰੀ ਦੁਨੀਆ ਨੂੰ ਉਹਦੇ ਵਿੱਚ ਧਕੇਲਿਆ ਜਿਹਦੇ ਵਿੱਚ ਜਿਹੜੇ ਸਾਡੇ ਬਿਯੁਰਗ ਸੀਗੇ ਉਹ ਬੜੀ ਬਹਾਦਰੀ ਜੋਸ਼ ਤੇ ਸਿਜ਼ਕ ਨਾਲ ਪਰ ਵਾਹਿਗੁਰੂ ਨੂੰ ਆਦਰ ਨਾਦਰ ਜਾਣ ਕੇ ਉਹ ਲੜੇ ਉੱਥੇ ਤੇ ਉਹਨਾਂ ਨੇ ਸ਼ਹੀਦੀਆਂ ਪਾਈਆਂ ਜੇ ਇਹ ਨਾ ਹੁੰਦਾ ਤਾਂ ਮੇਰਾ ਖਿਆਲ ਯੂਰਪ ਦੇ ਵਿੱਚ ਅੱਜ ਦੀ ਡੇਟ 'ਚ ਜਰਮਨ ਬੋਲੀ ਜਾਣੀ ਸੀ ਔਰ ਹੋ ਸਕਦਾ ਕਿ ਕੈਨੇਡਾ ਵਿੱਚ ਵੀ ਜਰਮਨ ਬੋਲੀ ਜਾਂਦੀ ਹੂੰ ਅ ਉਹ ਜਿਹੜਾ ਖੇਤਾ ਆ ਉਹ ਜਿਹੜੀਆਂ ਯੂਰਪੀਅਨ ਕਾਮਾ ਨੇ ਉਹਨਾਂ ਦੇ ਉੱਪਰ ਸਾਡਾ ਸਾਡੇ ਬਜ਼ੁਰਗਾਂ ਦਾ ਸਿੱਖਾਂ ਦਾ ਬੜਾ ਕਰਜ਼ਾ ਹੈ ਇਹ ਅਸੀਂ ਐਜ਼ ਅ ਮੇਹਣੇ ਦੇ ਤੌਰ ਤੇ ਨਹੀਂ ਕਹਿ ਰਹੇ ਇਹ ਹਿਸਟੋਰੀਕਲ ਫੈਕਟ ਆ ਔਰ ਇਹ ਅਸੀਂ ਚਾਹੁੰਦੇ ਆ ਵੀ ਸਾਨੂੰ ਵੀ ਯਾਦ ਰਵੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਅਸੀਂ ਉਹਨਾਂ ਨੂੰ ਵੀ ਯਾਦ ਕਰਵਾਈਏ ਉਹਨਾਂ ਨੂੰ ਦੱਸਿਆ ਜਾਂਦਾ ਹਾਂ ਕਿਉਂਕਿ ਜਦੋਂ ਜਦੋਂ ਆਪਾਂ ਰਿਮੈਂਬਰੈਂਸ ਡੇ ਬਣਾਉਣਾ ਹੈ ਨਾ ਅਸੀਂ ਤਾਂ ਨਹੀਂ ਮਨਾਉਣਾ ਕਿ ਅਸੀਂ ਕਿਸੇ ਨੂੰ ਕੰਫਰਟੇਬਲ ਕਰ ਰਹੇ ਹਾਂ ਕਿ ਤੁਸੀਂ ਲੜੇ ਸੀ ਤਾਂ ਐਸੀ ਵੀ ਤੁਹਾਡੇ ਵਰ ਗਈਆਂ ਸਾਨੂੰ ਨਾਲ ਲੈ ਲਓ ਐਸੀ ਤਾਂ ਉਹਨਾਂ ਨੂੰ ਬਚਾਇਆ ਹੋਇਆ ਉਹ ਸਾਡੇ ਨਾਲ ਆ ਕੇ ਖੜਨ ਕਿ ਤੁਸੀਂ ਸਾਨੂੰ ਬਚਾਇਆ ਨਾ ਕਿ ਕਿ ਅਸੀਂ ਉਹਨਾਂ ਨੂੰ ਅਕਾਮੋਡੇਟ ਕਰੀਏ ਕਿ ਹਾਂਜੀ ਤੁਸੀਂ ਸਾਨੂੰ ਬਚਾਇਆ ਹੋਇਆ ਤੇ ਹੁਣ ਸਾਨੂੰ ਵੀ ਅਸੀਂ ਤਾਂ ਖੜੇ ਹਾਂ ਤੁਹਾਡੇ ਨਾਲ ਅਮ ਜਿਹੜੀ ਬ੍ਰਿਟਿਸ਼ ਇੰਡੀਆ ਫੌਜ ਸੀਗੀ ਉਹਦੇ ਵਿੱਚ ਸਿੱਖਾਂ ਦੀ ਸ਼ਮੂਲੀਅਤ 20% ਸੀਗੀ 20% 20% ਤੇ ਉਦੋਂ ਦੀ ਜਿਹੜੀ ਸਿੱਖਾਂ ਦੀ ਆਬਾਦੀ ਆ ਬ੍ਰਿਟਿਸ਼ ਇੰਡੀਆ ਦੀ ਉਹ 1% ਆ ਹੂੰ ਸੋ ਇਹ ਜੋ ਇਹ ਇਹ ਜਿਹੜੀ ਆਪਣੇ ਸਾਡੇ ਜਿਹੜੇ ਹਿਸਟੋਰੀਕਲ ਰੈਫਰੈਂਸਸ ਨੇ ਉਹ ਬੜੇ ਸਟਰੋਂਗ ਨੇ ਹੂੰ ਸੋ ਇਹ ਜਿਹੜੀ ਜਿਹੜੀ ਨਾ ਆਪਾਂ ਇਨਸਪੀਰੇਸ਼ਨ ਲੈਣੇ ਆ ਇਹ ਉੱਥੋਂ ਹੀ ਲੈਣੇ ਆ ਜੇ ਆਪਨ ਕੋ ਸ਼ਬਦ ਨਾ ਹੋਵੇ ਉਹ ਤੋਂ ਬਿਨਾ ਇਹ ਹੋਣਾ ਨਹੀਂ ਸੀਗਾ ਕੁਝ ਵੀ ਸੋ ਕਈ ਵਾਰੀ ਆਪਾਂ ਕਹਿ ਦਿੰਨੇ ਆ ਵੀ ਵਾਰ ਨੂੰ ਲੌਜੀਕਲੀ ਦੇਖੋ ਪਰ ਜਿਹੜੀ ਵਾਰ ਹੀ ਫੇਸ ਦੇ ਸਾਰੇ ਅਸੀਂ ਲੜੀਆ ਅਸੀਂ ਉਹਨੂੰ ਲੌਜੀਕਲੀ ਕਿੱਦਾਂ ਦੇਖ ਲਈਏ ਇਹ ਸੋ ਇਹਨੂੰ ਮੈਂ ਇਸ ਤਰ੍ਹਾਂ ਦੇਖਦਾ ਇਹਨੂੰ ਹਮ ਸਾਰੇ ਵਰਤਾਰੇ ਨੂੰ ਨਾ ਕਿ ਸਾਡੀਆਂ ਕੌਮਾਂ ਨੇ ਖਾਸ ਕਰ ਸਿੱਖਾਂ ਨੇ ਜਿਹੜੀਆਂ ਯੂਰੋਪੀਅਨ ਕੌਮਾਂ ਆ ਉਹਨਾਂ ਲਈ ਸ਼ਹਾਦਤਾਂ ਦਿੱਤੀਆਂ ਔਰ ਉਹਨਾਂ ਨੂੰ ਬਚਾਇਆ ਸੋ ਸਾਡਾ ਉਹਨਾਂ ਤੇ ਕਰਜ਼ ਹੈ ਸੋ ਐਸੀ ਉਹ ਇਕਨੋਲਜ ਕੀਤਾ ਜਾਣਾ ਚਾਹੀਦਾ ਉਹ ਇਕਨੋਲਜ ਕੀਤਾ ਜਾਣਾ ਚਾਹੀਦਾ ਸੋ ਜਦੋਂ ਐਸੀ ਇਹ ਦਿਨ ਮਨਾਉਂਦੇ ਆ ਨਵੰਬਰ 11 ਦਾ ਉਹਦੇ ਵਿੱਚ ਅਗੇਨ ਮੈਂ ਰਿਪੀਟ ਕਰ ਰਿਹਾ ਮੇਰੇ ਖਿਆਲ ਆਪਣੇ ਆਪ ਨੂੰ ਕਿ ਐਸੀ ਸਾਨੂੰ ਵੀ ਯਾਦ ਰਵੇ ਕਿ ਤੇ ਉਹਨਾਂ ਨੂੰ ਵੀ ਯਾਦ ਕਰਵਾਇਆ ਜਾਵੇ ਕਿ ਸਾਡਾ ਹਿੱਸਾ ਕੀ ਹੈ ਸਾਡਾ ਹੱਕ ਕੀ ਹੈ ਹੂੰ ਹੂੰ ਸਾਡੇ ਬੱਚਿਆਂ ਤੱਕ ਇਹ ਹਿਸਟਰੀ ਪਹੁੰਚਾਉਣੀ ਕਿੰਨੀ ਜ਼ਰੂਰੀ ਹੈ ਬੱਚਿਆਂ ਤੱਕ ਬਹੁਤ ਜ਼ਰੂਰੀ ਹੈ ਜੀ ਜਦੋਂ ਆਪਾਂ ਜਿੱਦਾਂ ਗੱਲ ਕਰਦੇ ਆ ਤੁਸੀਂ ਇਹਨੂੰ ਅਜ਼ਮਾ ਕੇ ਦੇਖ ਲਿਓ ਜਦੋਂ ਤੁਸੀਂ ਫਿਗਰ ਦੇਣੀ ਆ ਨਾ ਵੀ ਸਾਡਾ 83000 ਮੇਰੇ ਖਾਲ ਕਰੈਕਟ ਮੀ ਇਫ ਆਮ 83005 Z ਇੰਨੇ ਸਾਡੇ ਬਜ਼ੁਰਗ ਸ਼ਹੀਦ ਹੋਏ ਨੇ 83005 ਹਾਂਜੀ ਸੋ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਇਹ ਗੱਲ ਦੱਸਣੀ ਆ ਤੇ ਉਹਨਾਂ ਨੇ ਰਿਮੈਂਬਰੈਂਸ ਡੇ ਵਾਲੇ ਦਿਨ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਹੋਣੀ ਫਿਜ਼ੀਓਲੋਜੀ ਹੋਣੀ ਆ ਉਹ 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 ਇਦਾਂ ਹੋਣੀ ਐ ਐਸ ਇਫ ਦੇ ਆਨ ਦਾ ਗਰਾਉਂਡ ਹੂੰ ਤਾਂ ਜੇ ਉਹਨਾਂ ਨੂੰ ਨਹੀਂ ਪਤਾ ਉਹ ਜਾਊਗੇ ਤਾਂ ਸਹੀ ਪੌਪੀ ਲਾ ਕੇ ਪਰ ਉਹਨਾਂ ਨੇ ਉੱਥੇ ਜਾ ਕੇ ਵੀ ਲੁਕਦੇ ਫਿਰਦੇ ਰਹਿਣਾ ਤੇ ਉਹਨਾਂ ਨੂੰ ਇਹ ਨਹੀਂ ਲੱਗਣਾ ਵੀ ਆਪਣਾਪਨ ਨਹੀਂ ਲੱਗਣਾ ਹੈਗਾ ਜਿੱਦਾਂ ਸਣੀ ਉਹਨਾਂ ਨੇ ਦੱਸਿਆ ਵੀ ਜਿਹੜੇ 10 ਸਿੱਖ ਇੱਥੋਂ ਲੜਨ ਗਏ ਸੀ ਨਾ ਉਹ ਸਿਟੀਜ਼ਨ ਸੀਗੇ ਨਾ ਉਹਨਾਂ ਕੋਲ VOTING ਰਾਈਟ ਸੀਗੇ ਉਹ ਫਿਰ ਵੀ ਗੁਰੂ ਦੇ ਆਸਰੇ ਨਾ ਜਾ ਕੇ ਲੜੇ ਤੇ ਉਹੀ ਸਪਿਰਿਟ ਹੈ ਜਿਹੜੀ ਜਿੱਥੇ ਸੀ ਰਹਿਨੇ ਆ ਅਸੀਂ ਉਹਦੇ ਵਫਾਦਾਰ ਹੋ ਜਾਂਦੇ ਆ ਐਬਸੋਲੂਟਲੀ ਇਸ ਜਿਹੜੇ ਜਿਹੜੇ ਆਪਾਂ ਮੈਂ ਉਹਨਾਂ ਨੂੰ ਕਹਿਣਾ ਹਾਂ ਨਾ ਵੀ ਜਿਹੜੇ ਆਪਣੇ ਉੱਪਰ ਬੈਠੇ ਹੋਏ ਕਹਿ ਲੋ ਜਾਂ ਉਹਨਾਂ ਨੂੰ ਆਪਾਂ ਦਸੀਏ ਕਿ ਸਾਡੀ ਵੀ ਲੋਇਲਟੀ ਇਸ ਮੋਲਕ ਨਾਲ ਉਨੀ ਹੀ ਆ ਜਿੰਨੀ ਨੌਨ ਸਿੱਖਾਂ ਦੀ ਆ ਸੋ ਸਾਨੂੰ ਕਿਸੇ ਹੋਰ ਨਿਗਰਾਨਾ ਨਾ ਦੇਖਿਆ ਜਾਵੇ ਇਹ 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 ਬਹੁਤ ਜ਼ਰੂਰੀ ਆ ਸੋ ਸੋ ਬੱਚਿਆਂ ਨੂੰ ਜਦੋਂ ਅਸੀਂ ਆਪਣੇ ਬਾਰੇ ਦੱਸਾਂਗੇ ਆਪਣੇ ਬਜ਼ੁਰਗਾਂ ਬਾਰੇ ਦੱਸਾਂਗੇ ਇਹ ਸਟੋਰੀ ਇੱਦਾਂ ਪਾਇਸ ਆਨ ਹੋਊਗੀ ਜਦ ਅੱਜ ਅਸੀਂ ਬੈਠੇ ਆਪਣੇ ਬਜ਼ੁਰਗਾਂ ਦੀ ਗੱਲ ਕਰ ਰਹੇ ਆ ਉਹਨਾਂ ਦੇ ਚਿੱਤ ਚਿੱਤੇ ਨਹੀਂ ਹੋਣਾ ਵੀ ਕੈਨੇਡਾ 'ਚ 91.5 ਤੇ ਇਹ ਗੱਲ ਹੋਏਗੀ ਉਹਨਾਂ ਦੇ ਕਦੀ ਚਿੱਤ ਚਿੱਤੇ ਨਹੀਂ ਹੋਣਾ ਉਹ ਫਾਇਦਾ ਵੀ ਨਹੀਂ ਕਰ ਸਕਦੇ ਹੋਣੇ ਸੋ ਇਦਾਂ ਜਦੋਂ ਆਪਣੀ ਸੈਕੰਡ ਥਰਡ ਜਨਰੇਸ਼ਨ ਆਉਣੀ ਆ ਆਪਣਾ ਵੀ ਕੁਝ ਬਣਦਾ ਵੀ ਆਪਾਂ ਵੀ ਕੁਝ ਕਰੀਏ ਜਿਹਦੇ ਨਾਲ ਸ਼ਾਇਦ ਆਪਣੀ ਵੀ ਗੱਲ ਹੋਵੇ ਬਿਲਕੁਲ ਮਾਣ ਨਾਲ ਹੋਵੇ ਮਾਣ ਨਾਲ ਹੋਵੇ ਹੂੰ ਵੀ ਸਾਡੇ ਬਜ਼ੁਰਗ ਕਿੱਦਾਂ ਦੇ ਹੁੰਦੇ ਸੀਗੇ ਹੂੰ ਸੋ ਇਸ ਇਸ ਲਈ ਇਹ ਇਹ ਜ਼ਰੂਰੀ ਆ ਇਹ ਐਬਸੋਲੂਟਲੀ ਤੇ ਦੂਸਰਾ ਆਪਾਂ ਸਖਾਈ ਤਾਂ ਜਿੱਦਾਂ ਮਰਜੀ ਜਾਈਏ ਬੋਲੀ ਜੋ ਮਰਜੀ ਆਈਏ ਪਰ ਜੇ ਉਹਨਾਂ ਨੂੰ ਆਪਣੇ ਵਿੱਚੋਂ ਦਿਸੀਆਂ ਨਾ ਨਾ ਉਹ ਚੀਜ਼ਾਂ ਫੇਜ਼ ਨਹੀਂ ਪਾਸ ਹੋਣ ਹੋਣੀਆਂ ਉਹ ਹੂੰ ਕਿਉਂਕਿ ਪ੍ਰੈਕਟੀਕਲੀ ਕਰਕੇ ਦਿਖਾਉਣੀਆਂ ਪੈਣਗੀਆਂ ਹਾਂ ਉਹ ਦਿਖਣੀਆਂ ਆਪਣੇ ਚੋਂ ਚਾਹੀਦੀਆਂ ਨੇ ਹੂੰ ਫਿਰ ਆਪੇ ਪੈਸਨ ਹੋ ਗਈਆਂ ਉਹ ਹੂੰ ਯਾ ਐਬਸੋਲੂਟਲੀ ਇਹ ਇਹ ਥਾਟ ਬੜੀ ਵਧੀਆ ਹੈ ਜੀ ਇਹ ਇਹ ਥਾਟ ਬੜੀ ਵਧੀਆ ਹੈ ਕਿ ਜਿਵੇਂ ਅਸੀਂ ਮਾਣ ਨਾਲ ਬੈਠ ਕੇ ਗੱਲ ਕਰ ਰਹੇ ਹਾਂ ਹਾਂਜੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਬੱਚੇ ਜੇ ਪੌਪੀ ਲਾ ਕੇ ਜਾਂਦੇ ਆ ਨਾ ਉਹ ਲੁਕਦੇ ਨਾ ਫਿਰਨ ਹਾਂਜੀ ਦੇ ਸ਼ੁੱਡ ਬੀ ਪ੍ਰਾਊਡ ਆਫ देयर ਹਾਂਜੀ ਬਿਲਕੁਲ ਬਿਲਕੁਲ ਹੂੰ ਯਾ ਇਹ ਇਹ ਪ੍ਰਾਊਡ ਮੋਮੈਂਟ ਐ ਸਾਡੇ ਵਾਸਤੇ ਹਾਂਜੀ ਹਾਂਜੀ ਇਹ ਤਾਂ ਸਾਨੂੰ ਤਾਂ ਸਮਾਂ ਕਿ ਉਹਨਾਂ ਨਾਲੋਂ ਅੱਗੇ ਹੋ ਕੇ ਖੜਨਾ ਚਾਹੀਦਾ ਜਿਨ੍ਹਾਂ ਨੇ ਕੈਨੇਡਾ ਤੇ ਹਾਲੈਂਡ ਦੇ ਸੋਲਜਰ ਸ਼ਹੀਦ ਹੋਏ ਨੇ ਉਨੇ ਹੀ ਸਿੱਖ ਉਹਨਾਂ ਜੰਗਾਂ ਸ਼ਹੀਦ ਹੋਏ ਨੇ ਸੋ ਤੁਸੀਂ ਦੇਖੋ ਵੀ ਦੋ ਮੁਲਕ ਦੀ ਵਸੋਂ ਜਿੰਨੀ ਉੱਥੇ ਸ਼ਹੀਦ ਹੋਈ ਆ ਕਿਉਂਕਿ ਜੇ ਤੁਸੀਂ ਪੋਪੂਲੇਸ਼ਨ ਦੇ ਹਿਸਾਬ ਨਾਲ ਦੇਖਦੇ ਹੋ ਨਾ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਨੰਬਰ ਤੁਸੀਂ ਦੇਖੋ ਨਾ ਕਮਾਲ ਦੇ ਨੇ ਜਿੰਨੀ ਉਹਨਾਂ ਲੋ ਗੈਰ ਸਿੱਖਾਂ ਦੀ ਆਬਾਦੀ ਆ ਤੇ ਸਿੱਖਾਂ ਦੀ ਆਬਾਦੀ ਆ ਇਹਦਾ ਇਹ ਬੜਾ ਬੈਲੈਂਸ ਨਹੀਂ ਬਣਦਾ ਇਹਦਾ ਜਿੰਨੀਆਂ ਸ਼ਹੀਦੀਆਂ ਅਸੀਂ ਦਿੱਤੀਆਂ ਨੇ ਸਾਡੇ ਬਜ਼ੁਰਗਾਂ ਨੇ ਦਿੱਤੀਆਂ ਨੇ ਅਸੀਂ ਉਹਨੂੰ ਮਾਰ ਨਾਲ ਦੱਸਣਾ ਚਾਹੁੰਦੇ ਆ ਸਾਰਿਆਂ ਨੂੰ ਐਬਸੋਲੂਟਲੀ ਉਹਦੇ ਨਾਲ ਕਿਉਂਕਿ ਮੈਂ ਜਿਹੜੇ ਸਾਡੇ ਸੁਣਨ ਵਾਲੇ ਨੇ ਕਈ ਵਾਰੀ ਬਾਇ ਦਫਾ ਇਹ ਗੱਲ ਹੁੰਦੀ ਆ ਕਿ ਸਾਡਾ ਇੱਥੇ ਆ ਕੇ ਦਿਲ ਨਹੀਂ ਲੱਗ ਰਿਹਾ ਤੇ ਮੇਰਾ ਹਮੇਸ਼ਾ ਹੀ ਜਵਾਬ ਹੁੰਦਾ ਪਹਿਲਾਂ ਇਸ ਮਿੱਟੀ ਨੂੰ ਪਿਆਰ ਕਰੋ ਜਦੋਂ ਤੁਸੀਂ ਕਰ ਲਿਆ ਇਹ ਇਹਨੇ ਤੁਹਾਨੂੰ ਇੰਨਾ ਕੁਝ ਦੇਣਾ ਨਾ ਇਹਨ ਰਿਟਰਨ ਪਰ ਪਹਿਲਾਂ ਤੁਹਾਨੂੰ ਇਹਦੇ ਬਣਨਾ ਪੈਣਾ ਬਣਨਾ ਪੈਣਾ ਸੋ ਅਸੀਂ ਜਿੱਥੇ ਜਾਂਦੇ ਆ ਅਸੀਂ ਉੱਥੇ ਬਣਦੇ ਆ ਉੱਥੋਂ ਦੇ ਪਰ ਬਣਦੇ ਆ ਪਰ ਅਸੀਂ ਆਪਣੀ ਪਛਾਣ ਨਹੀਂ ਗਵਾਉਣਾ ਚਾਹੁੰਦੇ ਅਸੀਂ ਆ ਬਹੁਤ ਵੱਡੀ ਗੱਲ ਕਹੀ ਹੈ ਜੀ ਤੁਸੀਂ ਬਹੁਤ ਵੱਡੀ ਗੱਲ ਕਹੀ ਅਸੀਂ ਯੂਨਿਟੀ ਨਾਲੋਂ ਹਾਰਮਨੀ 'ਚ ਯਕੀਨ ਰੱਖਦੇ ਆ ਇੱਕ ਸਾਰਤਾ ਨਾਲੋਂ ਇੱਕ ਸੁਰਤਾ 'ਚ ਯਕੀਨ ਰੱਖਦੇ ਆ ਵਾਹ ਸੋ ਇੰਨੀ ਕਿ ਸਮਝ ਹੈ ਮੇਰੀ ਜਿੱਦਾਂ ਵੀ ਆਪਾਂ ਕਿਉਂ ਮਨਾਉਣਾ ਚਾਹੀਦਾ ਤੇ ਕਿਉਂ ਦੱਸਣਾ ਚਾਹੀਦਾ ਐਬਸੋਲੂਟਲੀ ਕੁਝ ਅਖੀਰ ਦੇ ਵਿੱਚ ਕਹਿਣਾ ਚਾਹੁੰਦੇ ਹਾਂ ਕੁਝ ਸਨੇਹਾ ਦੇਣਾ ਚਾਹੁੰਦੇ ਹਾਂ ਸਾਡੇ ਲਿਸਨਰਸ ਇਹ ਹੈ ਜੀ ਭਈ ਜਿਸ ਤਰ੍ਹਾਂ ਰਾਜਪਾਜੀ ਨੇ ਕਿਹਾ ਭਈ ਆ ਜਿਹੜੀ ਇਹ ਇਹਦੇ ਵਿੱਚ ਸਾਰੇ ਸੋਲਜਰਸ ਜਿਹੜਾ ਜਿਹੜੇ ਸ਼ਹੀਦ ਹੋਏ ਆ ਵਾਰਸ ਦੇ ਵਿੱਚ ਉਹਨਾਂ ਨੂੰ ਇਹ ਇਹ ਚੜਾਂਜਲੀ ਹੈ ਇਟਸ ਅ ਰਿਮੈਂਬਰੈਂਸ ਡੇ ਫਿਕਸ ਸੋਲਜਰਸ ਨੂੰ ਐਂਡ ਵੀ ਸ਼ਹੀਦ ਸ਼ਰਜ਼ਾਂਜਲੀ ਹੈ ਪਰ ਇਹ ਆਪਾਂ ਇਸ ਗੱਲ ਨੂੰ ਨਾ ਭੁੱਲੀਏ ਕਿ ਜਦੋਂ ਪਿਆਸੀ ਪਿਆਸੀ ਜਿਹੜੇ ਆ ਸਿੱਖ ਕਿੰਨੀ ਕਿ ਫੌਜਾਂ ਦੇ ਵਿੱਚ ਕਿਦਾਂ ਲੜੇ ਤੇ ਆਪਾਂ ਕਿਹਦੇ ਲਈ ਲੜੇ ਕੀ ਰੀਜ਼ਨ ਸੀਗਾ ਔਰ ਅੱਗੇ ਵੀ ਅਗਲੀਆਂ ਜਿਹੜੀਆਂ ਪੀੜੀਆਂ ਆ ਸਾਡੀਆਂ ਉਹ ਵੀ ਇਸ ਚੀਜ਼ ਨੂੰ ਯਾਦ ਰੱਖਣ ਪਈ ਜਿਹੜੇ ਸਿੱਖ ਸੋਲਜਰ ਸੀਗੇ ਉਹਨਾਂ ਨੇ ਆਪਣੀ ਸ਼ਹੀਦਾਂ ਸ਼ਹਾਦਤਾਂ ਦਿੱਤੀਆਂ ਔਰ ਉਹ ਅਮਰ ਰਹਿਣ ਅਗਲੇ ਐਬਸੋਲੂਟਲੀ ਕੱਲੀ ਅਗਨੋਲਜਮੈਂਟ ਨਹੀਂ ਅਸੀਂ ਅਪਰੀਸ਼ੀਏਸ਼ਨ ਵੀ ਪਾੜਦੇ ਹਾਂ ਜੀ ਜੀ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਖੀਰ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਵੀ ਉਸ ਜੰਗ ਦੇ ਵਿੱਚ ਹਰ ਫਿਰਕੇ ਦੇ ਹਰ ਧਰਮ ਦੇ ਲੋਕ ਲੜੇ ਮੁਸਲਮਾਨ ਹਿੰਦੂ ਸਿੱਖ ਆਸਤਿਕ ਨਾਸਤਿਕ ਸਾਰੇ ਹੀ ਲੜਨਾ ਪਿਆ ਸਾਰਿਆਂ ਨੂੰ ਹੀ ਸਾਰੇ ਹੀ ਯਾਦ ਕਰਨ ਆਪਣੇ ਆਪਣੇ ਪਰਸਪੈਕਟਿਵ ਤੋਂ ਤੇ ਸਾਰੇ ਇਕੱਠੇ ਹੋ ਕੇ ਅਰਦਾਸ ਕਰਨ ਜਿਹੜੇ ਸ਼ਹੀਦ ਹੋਏ ਨੇ ਕੋਈ ਬੇਗਾਨ ਆਪਣੇ ਕਿਸੇ ਲਈ ਬੇਗਾਨਗੀ ਵਾਲੀ ਉਹ ਫੀਲਿੰਗ ਨਾ ਹੋਵੇ ਵੀ ਕੋਈ ਬੇਗਾਨਾ ਆ ਪਰ ਕਹਾਣੀ ਅਸੀਂ ਆਪਣੀ ਸੁਣਾ ਰਹੇ ਆ ਇਹ ਇਹ ਇੱਕ ਸਿੱਖ ਪਰਸਪੈਕਟਿਵ ਆ ਇਹਨੂੰ ਅਸੀਂ ਡਿਲੂਟ ਨਹੀਂ ਕਰਨਾ ਚਾਹੁੰਦੇ ਅ ਅਗੇਨ ਇੱਕ ਮੇਰੀ ਆਪਣੀ ਨਿੱਜੀ ਥੋਟ ਹੈ ਕਿ ਜਿਹੜਾ ਆਪਣਾ ਖੇਤਾ ਪੰਜਾਬ ਦਾ ਆ ਉਥੇ ਇਹ ਜੋਰ ਲੱਗਾ ਪਿਆ ਵੀ ਸਿੱਖ ਨੂੰ ਪੰਜਾਬੀ ਬਣਾਇਆ ਜਾਵੇ ਤੇ ਹਿੰਦੁਸਤਾਨ 'ਚ ਇਹ ਜੋਰ ਲੱਗਾ ਪਿਆ ਹੋਇਆ ਕਿ ਪੰਜਾਬੀ ਨੂੰ ਇੰਡੀਅਨ ਬਣਾਇਆ ਜਾਵੇ ਤੇ ਕੈਨੇਡਾ ਜੇ ਜੋਰ ਲੱਗਾ ਪਿਆ ਹੋਇਆ ਪਿਆ ਕਿ ਜਿਹੜਾ ਸਿੱਖ ਤੇ ਪੰਜਾਬੀ ਨੂੰ ਸਾਊਥ ਏਸ਼ੀਅਨ ਬਣਾਇਆ ਜਾਵੇ। ਸੋ ਅਸੀਂ ਆਪਣੀ ਜੇ ਅਸੀਂ ਕਹਿ ਰਹੇ ਸੀ ਸਿੱਖਿਆਂ ਅ ਅਸੀਂ ਉਹ ਲੋਕਸ਼ਿਵਕੇ ਨਹੀਂ ਕਹਿ ਰਹੇ। ਅਸੀਂ ਉਹ ਥਾਟ ਨੂੰ ਕੋਈ ਡਿলিউਟ ਨਹੀਂ ਕਰ ਰਹੇ। ਜੇ ਸਿੱਖ ਸ਼ਹੀਦ ਹੋਏ ਨੇ ਤਾਂ ਸਿੱਖੀ ਸ਼ਹੀਦ ਹੋਏ ਨੇ। ਜੇ ਉਹ ਕੌਮਾ ਕਰਜ਼ਦਾਰ ਨੇ ਤੇ ਉਹ ਜ਼ਰੂਰ ਕਰਜ਼ਦਾਰ ਨੇ ਉਹ। ਉਹਨਾਂ ਨੂੰ ਸਾਨੂੰ ਏਕਨੋਲਜ ਜਿੱਦਾਂ ਤੁਸੀਂ ਕਹੇ ਤੇ ਐਪਰੀਸ਼ੀਏਟ ਕਰਨਾ ਹੀ ਪੈਣਾ ਆ। ਹੂੰ। ਅ ਜੇ ਅਸੀਂ ਫਰਾਂਸ 'ਚ ਫੌਜੀ ਉਸ ਟਾਈਮ ਭੇਜੇ ਨੇ ਆਪਣੇ ਤੇ ਇਥੋਂ ਕਾਮਾਗਾਟਾ ਮਾਰੂ ਸੇਮ ਟਾਈਮ ਤੇ ਮੁੜਿਆ ਗਿਆ ਜਦੋਂ ਜੰਗ ਖਤਮ ਹੋ ਗਈ ਉਦੋਂ ਸਾਡੇ ਨਾਲ ਜਲੀਆਂ ਵਾਲਾ ਬਾਗ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਿਰਫ ਇਹ ਨਹੀਂ ਦੇਖ ਸਕਦੇ ਵੀ ਪਾਫੀ ਫਲਾਵਰ ਰਿਮੈਂਬਰੈਂਸ ਸਾਨੂੰ ਕਾਮਾਗਾਟਾ ਵੀ ਚੇਤੇ ਰੱਖਣਾ ਪੈਣਾ ਸਾਨੂੰ ਜਲੀਆਂ ਵਾਲਾ ਬਾਗ ਵੀ ਤੇ ਸਾਨੂੰ ਸਾਡੇ ਬਜ਼ੁਰਗਾਂ ਦੀ ਸ਼ਹੀਦੀਆਂ ਵੀ ਇਹਨੂੰ ਅਸੀਂ ਕੰਟੀਨਿਊਟੀ 'ਚ ਦੇਖਣਾ ਹੈ ਅਸੀਂ ਇੱਕ ਇੱਕ ਰੈਂਡਮ ਐਕਟ ਪਿਕ ਕਰਕੇ ਉਹਨੂੰ ਸੈਲੀਬ੍ਰੇਟ ਨਹੀਂ ਕਰਨਾ ਬੇਜੀ ਸਾਡੇ ਸੋਗ ਦੀ ਥਾਂ ਹੈ ਨਹੀਂ ਤਾਂ ਅਸੀਂ ਤਾਂ ਸੈਲੀਬ੍ਰੇਟ ਕਰਾਂਗੇ ਜੰਗਾਂ ਨੂੰ ਜਾਂ ਸ਼ਹੀਦਾਂ ਨੂੰ ਉਹ ਤਾਂ ਅਸੀਂ ਕਰਨਾ ਆ ਪਰ ਅਸੀਂ ਇਹਨੂੰ ਕੰਟੀਨਿਊਟੀ ਜੀ ਦੇਖਣਾ ਚਾਹੁੰਦੇ ਆ ਹੂੰ ਸੋ ਅਸੀਂ ਇਹ ਨਹੀਂ ਚਾਹੁੰਦੇ ਵੀ ਚੈਰੀ ਪਿਕ ਨਹੀਂ ਸੀ ਕਰਨਾ ਚਾਹੁੰਦੇ ਵੀ ਅੱਜ ਰਿਮੈਂਬਰੈਂਸ ਆ ਤੁਸੀਂ ਉਹ ਗੱਲ ਨਾ ਕਰਿਓ ਕਿਉਂਕਿ ਉਹ ਗੱਲ ਕਰਨ ਨਾਲ ਇਥੇ ਖੱਲਲ ਪੈਂਦਾ ਥੋੜ੍ਹਾ ਜਿਹਾ ਹੂੰ ਸੋ ਅਸੀਂ ਚਾਹੁੰਦੇ ਆ ਅਗੇਨ ਮੇਰੇ ਖਾ ਅਗੇਨ ਆਮ ਰਿਪੀਟਿੰਗ ਵੀ ਇਹਨੂੰ ਅਸੀਂ ਕੰਟੀਨਿਊਟੀ ਜੀ ਦੇਖਣਾ ਚਾਹੁੰਦੇ ਆ ਵੀ ਅਸੀਂ ਇਹਨਾਂ ਨੂੰ ਦੱਸਿਏ ਕਿ ਜੋ ਸਾਡੇ ਨਾਲ ਹੋਇਆ ਉਹੀ ਇਥੋਂ ਦਾ ਜਿਹੜਾ ਮੂਲ ਵਚਿੰਦਾ ਸੀ ਇਨਡੀਜਨਸ ਹੈਗਾ ਉਹਨਾਂ ਨਾਲ ਹੋਇਆ ਹੂੰ ਸੋ ਇਹ ਸਾਰੀ ਲੜੀ ਨੂੰ ਨਾ ਜੇ ਆਪਾਂ ਕੰਟੀਨਿਊਟੀ ਜੀ ਨਹੀਂ ਦੇਖਦੇ ਫਿਰ ਆਪਣੇ ਤੋਂ ਹੋਲ ਪਿਕਚਰ ਨਹੀਂ ਦਿਖਦੀ ਦੇਖੀ ਨਹੀਂ ਜਾਣੀ ਆਪਣੇ ਤੋਂ ਹੂੰ ਅ ਸੋ ਇਹਨੂੰ ਅਗੇਨ ਜਿਹੜਾ ਵੀ ਬੰਦਾ ਜਿਹੜੇ ਧਰਮ ਦਾ ਹੈਗਾ ਜਿਹੜੇ ਖੇਤਰੇ ਤੋਂ ਆਇਆ ਹੋਇਆ ਉਹ ਸਾਰੇ ਇਕੱਠੇ ਆਪਾਂ ਅਰਦਾਸ ਕਰੀਏ ਉਹਨਾਂ ਸ਼ਹੀਦਾਂ ਲਈ ਜਿਹੜੇ ਦੂਜੀ ਪਾਸੋਂ ਵੀ ਲੜੇ ਤੇ ਜਿਹੜੇ ਇਧਰੋਂ ਵੀ ਲੜੇ ਹੂੰ ਸਾਰੇ ਲਈ ਆਪਾਂ ਅਰਦਾਸ ਕਰੀਏ ਵੀ ਉਹ ਬੜੇ ਚੜ੍ਹਦੀ ਕਲਾ ਵਾਲੇ ਲੋਕ ਸੀਗੇ ਕਿਉਂਕਿ ਆਪਾਂ ਤਾਂ ਨਿੱਗੇ ਥਾਵਾਂ ਤੇ ਬੈਠੇ ਹੋਏ ਆਂ ਸੋ ਆਪਾਂ ਤਾਂ ਗੱਲ ਕਰ ਸਕਦੇ ਆਂ ਨਾ ਪਰ ਆਪਾਂ ਉਹਨਾਂ ਦੀ ਯਾਦ ਨੂੰ ਭੁੱਲਣ ਨਹੀਂ ਦੇਣਾ ਸੋ ਕਿਉਂਕਿ ਉਦੋਂ ਤੱਕ ਇਨਸਾਨ ਦੀ ਮੌਤ ਨਹੀਂ ਹੁੰਦੀ ਜਦੋਂ ਤੱਕ ਉਹਨੂੰ ਭੁਲਾਇਆ ਨਹੀਂ ਜਾਂਦਾ ਜਦੋਂ ਭੁੱਲ ਜਾਂਦਾ ਅਸਲੀ ਮੌਤ ਉਦੋਂ ਹੁੰਦੀ ਆ ਉਦੋਂ ਹੁੰਦੀ ਆ ਹੂੰ ਪਰਸਪੈਕਟਿਵ ਹੈ ਜੀ ਸਾਡਾ ਆਪਣਾ ਇੱਕ ਪਰਸਪੈਕਟਿਵ ਹੈ ਤੇ ਤੁਹਾਨੂੰ ਪੂਰਾ ਹੱਕ ਹੈ ਉਹ ਪਰਸਪੈਕਟਿਵ ਰੱਖਣ ਦਾ ਤੇ ਉਸ ਪਰਸਪੈਕਟਿਵ ਬਾਰੇ ਗੱਲਬਾਤ ਕਰਨ ਦਾ ਖੁੱਲ ਕੇ ਗੱਲਬਾਤ ਬਿਲਕੁਲ ਬਿਲਕੁਲ ਹਮ ਕਿਉਂਕਿ ਇਹ ਮੁਲਕ ਸਾਨੂੰ ਜਿੱਦਾਂ ਹੁਣ ਮੈਂ ਜਦੋਂ ਐਂਟਰ ਕੀਤਾ ਨਾ ਤੁਸੀਂ ਚਾਰਟਰ ਆਫ ਰਾਈਟ ਦਾ ਲਾਇਆ ਹੋਇਆ ਉੱਥੇ ਤੇ ਉੱਥੇ ਜਿਹਨੂੰ ਨਹੀਂ ਪਤਾ ਉਹ ਪੜ ਸਕਦਾ ਆਨਲਾਈਨ ਜਾ ਕੇ ਉਹ ਵੀ ਵਾਟ ਇਜ਼ ਚਾਰਟਰ ਆਫ ਰਾਈਟ ਤੇ ਹਰੇਕ ਨੂੰ ਖੁੱਲ ਹੈਗੀ ਆ ਆਪਣਾ ਪੱਖ ਰੱਖਣ ਦੀ ਐਜ਼ ਲੌਂਗ ਐਸ ਆਪਾਂ ਕਿਸੇ ਨੂੰ ਜਸਮਾਨੀ ਜਾਂ ਮਾਨਸਿਕ ਤੌਰ ਤੇ ਦੁਖੀ ਨਹੀਂ ਕਰਦੇ ਪਏ ਜਿੱਦਾਂ ਹੁਣ ਇਹ ਤੋਂ ਇੱਕ ਥੌਟ ਜਿਹੜੀ ਮੈਂ ਸ਼ੇਅਰ ਕਰਨਾ ਚਾਹੁੰਦਾ ਉਹ ਇਹ ਹੈ ਵੀ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਸਾਡੇ ਜਿਹੜੇ ਬਜ਼ੁਰਗ ਗਏ ਉਹ ਗਏ ਕਾਦੇ ਲਈ ਹੂੰ ਸੋ ਇੱਕ ਮੇਰੇ ਮਨ 'ਚ ਇਹ ਆਨੰਦ ਵੀ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੋਵੇ ਵੀ ਜੇ ਅਸੀਂ ਇਹਨਾਂ ਲੋਕਾਂ ਦੀ ਮਦਦ ਕੀਤੀ ਤੇ ਸਾਨੂੰ ਆਜ਼ਾਦੀ ਦੇਣਗੇ ਜਦੋਂ ਅਸੀਂ ਇੰਨੇ ਯਾ ਕਰਾਂਗੇ ਹਨਾ ਫਿਰ ਮੈਂ ਸੋਚਿਆ ਵੀ ਜਦੋਂ ਕਹਿੰਦੇ ਨੇ ਨਾ ਬ੍ਰਿਟਿਸ਼ ਸਬਜੈਕਟ ਮੈਂ ਕਹਿੰਦਾ ਇਹ ਤਾਂ ਇਹ ਤਾਂ ਹਿਰਫੇ ਦੀ ਹੈ ਇਸ ਵਰਡ 'ਚ ਉਹ ਸਿੱਕੇ ਤਾਂ ਗੁਲਾਮ ਹੋ ਹੂੰ ਸਲੇਵ ਸੀਗੇ ਹਨਾ ਸੋ ਪਰ ਫਿਰ ਮੈਂ ਸੋਚਿਆ ਵੀ ਪਰ ਉਹਨਾਂ ਦੀ ਸ਼ਹਾਦਤਾਂ ਦੇਖੋ ਤੁਸੀਂ ਸੋ ਇਹਦਾ ਮਤਲਬ ਇਹ ਵੀ ਉਹ ਬੇਸ਼ੱਕ ਜਿਸਮਾਨੀ ਤੌਰ ਤੇ ਗੁਲਾਮ ਸੀਗੇ ਪਰ ਮਾਨਸਿਕ ਤੌਰ ਤੇ ਉਹਨਾਂ ਦੀ ਜਿਹੜੀ ਅਟੈਚਮੈਂਟ ਸੀ ਉਹ ਗੁਰੂ ਨਾਲ ਸੀਗੀ ਸ਼ਬਦ ਨਾਲ ਸੀਗੀ ਤਾਂ ਹੀ ਉਹਨਾਂ ਨੇ ਇੰਨੇ ਕਾਰਨਾਮੇ ਕੀਤੇ ਉੱਥੇ ਜਾ ਕੇ ਜਿਨ੍ਹਾਂ ਨੂੰ ਬ੍ਰਿਟਿਸ਼ ਜਿਹੜੇ ਆਫੀਸਰ ਨੇ ਉਹ ਬੜੇ ਮਾਣ ਨਾਲ ਦੱਸਦੇ ਨੇ ਵੀ ਜੇ ਇਦਾਂ ਦੇ ਬੰਦੇ ਸਾਨੂੰ ਦੇ ਦਿਓ ਅਸੀਂ ਸ਼ਾਇਦ ਦੁਨੀਆ ਫਤਿਹ ਦੁਆਰਾ ਕਰ ਲਈਏ ਹੂੰ ਹੂੰ ਤੋ ਇਹ ਸਾਡੀ ਸਪਿਰਟ ਆ ਔਰ ਔਰ ਇਹਨੂੰ ਅਸੀਂ ਕਿਉਂ ਲਗਾਵਾਂਗੇ ਅਸੀਂ ਅਸੀਂ ਸ਼ੇਅਰ ਕਰਨਾ ਚਾਹੁੰਦੇ ਆ ਉਹ ਨਹੀਂ ਸਾਨੂੰ ਮਾਣ ਆ ਇਸ ਇਸ ਮਾਣ ਹੈ ਇਸ ਗੱਲ ਤੇ ਬਿਲਕੁਲ ਬਿਲਕੁਲ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਨਾਲ ਗੱਲਬਾਤ ਕਰਕੇ ਥੈਂਕ ਯੂ ਸੋ ਮੱਚ ਥੈਂਕ ਯੂ ਫॉर ਜੁਆਇਨਿੰਗ ਅਸ ਐਂਡ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਸਰੋਤਿਆਂ ਤੱਕ ਪਹੁੰਚ ਚੁੱਕੀ ਆ ਜੀ vanjara.no-mad.com ਇਹ ਤੁਹਾਡਾ ਡਿਜੀਟਲ ਪਲੈਟਫਾਰਮ ਹੈਗਾ ਇੱਥੇ ਜਾ ਕੇ ਤੁਸੀਂ ਹੋਰ ਜਾਣਕਾਰੀ ਜੇ ਹਾਸਲ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਥੈਂਕ ਯੂ ਬਾਜੀ ਥੈਂਕ ਯੂ ਸੋ ਮੱਚ I ਅਪਰੀਸ਼ੀਏਟ ਯੂਰ ਟਾਈਮ ਥੈਂ